नहीं एडी ओनू जो लोड़ा ताड़न तोड़न दी ते मुर्गियां लै दे ओ ताड़ लिया करे किथे ते सो कुड़ियां किथे ताड़दा खुड्डे च ताड़दा ओ नहीं असी नहीं तेनू पाथियां देनियां पैणे आ मेरे नाने दा हुक्का धरना हुंदा वा ओदे लई जोड़ियां वा सारा साल ओने चलाउणियां वा पाथियां ना पाथियां तंग हो रहियां मैं चुंडियां वड़ियां इन्हां नू चुंडियां वड़न नू ओ केड़ा तेरी भतीजी आ पाथी आ ਹਾਏ ਰੱਬਾ ਇੰਨੀ ਟੈਨਸ਼ਨ ਪਈ ਹੋਈ ਆ ਕਿੱਥੋਂ ਲੱਭਾਂ ਹੁਣ ਮੈਂ ਹਾਂਡੀ ਰੋਟੀ ਵੀ ਕਰਨੀ ਆ ਨਹੀਂ ਤਾਂ ਬਹੁਤ ਛਿੱਤਰ ਪੈਣੇ ਆ ਮੈਨੂੰ ਵੀ ਕੀ ਆ ਖੜ ਜਾ ਸੋਹਣੀ ਕੁੜੀ ਨਹੀਂ ਕਦੀ ਦੇਖੀ ਹਾਏ ਰੱਬਾ ਆਹ ਮੇਰੀ ਨਜ਼ਰਾਂ 'ਚ ਕਿਉਂ ਨਹੀਂ ਆਇਆ ਦਰਖਤ ਸੀ ਨਾ ਅੱਗੇ ਆਹ ਲੱਗੀ ਤਾਂ ਪਈ ਆ ਆਹ ਬੈਠਾ ਮੁੰਡਾ ਇਹਦੇ ਕੋਲੋਂ ਪੁੱਛਦੀ ਹਾਂ ਮੈਂ ਕੰਮ ਆਸਾਨ ਹੋ ਗਿਆ अस्सलाम वालेकुम वालेकुम सलाम हाँ जी मेरे पाथियां हाँ जी बाजी होर तन दूरों की लगता है जुतियां जोड़ियां और नहीं उन जी मैं पूछ रही हां ये आप दिया पाथियां अस्तगफिरुल्लाह बाजी की शुगल करना है मज्जा दिया वा हाय हाय आप दिया ही है ना मतलब ना आप दिया के तेनु कहना मैं मज्जा दिया वा मेरीयां आप दिया किथे होनीयां मज्जा ते आप दिया ना शफकत ਹੁਣ ਤੇ ਵਧੀਆ ਵਾ ਪਿਛਲੇ ਹਫਤੇ ਤੈਨੂੰ ਤੇ ਪਤਾ ਹੀ ਸੀ ਪਤਾ ਚੱਲਿਆ ਹੀ ਨਾ ਪੂਰੇ ਪਿੰਡ 'ਚ ਖਬਰ ਜੋ ਫੈਲ ਗਈ ਆ ਪਤਾ ਵਾ ਤੇ ਪੁੱਛਦਾ ਪਿਆ ਬਾਜੀ ਹੋਰ ਮੈਨੂੰ ਗੈਬ ਦਾ ਇਲਮ ਹਾਂ ਹਾਂ ਵੀਰੇ ਦੱਸਦੀ ਆ ਉਹ ਤਿੰਨ ਚਾਰ ਦਿਨ ਨਾ ਉਹ ਮੈਂ ਆਪ ਪਰੇਸ਼ਾਨ ਹੋ ਗਿਆ ਸੀ ਸਾਰੇ ਕਿਉਂਕਿ ਤੇਰਾ ਜਿਹੜਾ ਕਰਦਾ ਹੈ ਨਾ ਉਹ ਬਾਬਾ ਸ਼ੁਗਲੀ ਜਿਹਾ ਵਾ ਆ ਕੇ ਇੱਦਾਂ ਪੈਲੀਆਂ ਪੂਲੀਆਂ 'ਚ ਜਦੋਂ ਅਸੀਂ ਇਕੱਠੇ ਪਾਣੀ ਦੀ ਵਾਰੀ ਹੁੰਦੀ ਨਾ ਤਾਂ ਬੜਾ ਸ਼ੁਗਰ ਲੱਗਦਾ ਤੇ ਉਹ ਤਿੰਨ ਚਾਰ ਦਿਨ ਅਸੀਂ ਪਹਿਲੇ ਦੇਖਦੇ ਰਹੇ ਤੇ ਪਾਣ ਨੂੰ ਕੀ ਹੋਇਆ ਆਂਦੇ ਰੁਕ ਜਾ ਰੁਕ ਅੜ ਗਈ ਸੀ ਨਿੱਚ ਚਾਹਾਂ ਨਾ ਪਾ ਦੇ ਦੁੱਖ ਚ ਕਰਦੀ ਪਈ ਨਹੀਂ ਤੈਨੂੰ ਤੇ ਪਤਾ ਸੀ ਨਾ ਪਾਣ ਦੀ ਚੀਚੀ ਤੋੜਦੀ ਸੀ ਕਿਸੇ ਨੇ ਆਪੇ ਅੱਲਾ ਪੁੱਛੂਗਾ ਉਹਦੀ ਲੱਤ ਟੁੱਟੂਗੀ ਜਿਹਨੇ ਤੋੜੀ ਆ ਨਾ ਉਹ ਤੇ ਬੰਦੀ ਸੀ ਚੀਚੀ ਟੁੱਟਣੀ ਕਿਉਂ ਕੀ ਹੈ ਦੇਖ ਨਾ ਕੁੜੀਆਂ ਨੂੰ ਤਾੜਦਾ ਜਾਂਦੇ ਆ ਪਿੰਡ ਦੀਆਂ ਚੰਗਾ ਲੱਗਦਾ ਨਜ਼ਰ ਹੀ ਨਹੀਂ ਉਹਦੇ ਹੱਥ ਟਿਕਦੀਆਂ ਹੈ ਉਹ ਕਹਿੰਦਾ ਪਿਆ ਇੱਕ ਜਣਾ ਖਣਾ ਮੁੰਡਾ ਕੁੜੀ ਨੂੰ ਛੇੜਦਾ ਪਿਆ ਸੀ ਕਹਿੰਦਾ ਮੈਂ ਉਹਨੂੰ ਜਰਾ ਹਟ ਗਿਆ ਤੇ ਉਹਨੇ ਮੇਰੀ ਚੀਚੀ ਅੱਗੋਂ ਤੋੜਦੀ ਉਹ ਤੇ ਆਹ ਗੱਲ ਕਰਦਾ ਪਿਆ ਹਾਏ ਵੀਰੇ ਹੁਣ ਵਿਚਲੀ ਗੱਲ ਆ ਘਰ ਦੀ ਮੈਂ ਕੀ ਬਾਹਰ ਕੱਢਾ ਚੁਗਲੀ ਹੋ ਜਾਂਦੀ ਆ ਨਾ ਤੇ ਬਸ ਨਾ ਕੱਢ ਹਾਂ ਪਰ ਫੇਰ ਵੀ ਤੈਨੂੰ ਦੱਸਦਾ ਆ ਨਾ ਉਂਤਰਾ ਜਿਆ ਹੈ ਕੁੜੀਆਂ ਤਾੜਦਾ ਆਂਦੇ ਆ ਜਾਂਦੇ ਆ ਹੈ ਵਿੱਚੋਂ ਪਿੱਛੋਂ ਆਵਾਜ਼ ਆ ਲੰਦਾ ਸੀਟੀਆਂ ਮਾਰਦਾ ਵਾ ਤੇ ਉਹ ਨੂੰ ਨਹੀਂ ਸੀ ਨਹੀਂ ਐਡੇ ਉਹਨੂੰ ਜੇ ਲੋੜ ਆ ਤਾੜਨ ਤੋੜਨ ਦੀ ਤੇ ਮੁਰਗੀਆਂ ਲੈ ਦੇ ਉਹ ਤਾੜ ਲਿਆ ਕਰੇ ਕਿੱਥੇ ਤੇ ਸੋ ਕੁੜੀਆਂ ਕਿੱਥੇ ਤਾੜਦਾ ਖੁੱਡੇ 'ਚ ਤਾੜਦਾ ਵੀ ਤਾੜਦਾ ਅੱਛਾ ਦੇਖਦਾ ਆਹੋ ਉਹ ਨਵੇਂ ਲਫ਼ਜ਼ ਲਈ ਆਉਂਦੀ ਆ ਤੂੰ ਤੂੰ ਵੈਸੇ ਤੇਰੇ ਪੇਕੇ ਕਿੱਥੇ ਦੇ ਆ ਮੇਰੇ ਪੇਕੇ ਤੇ ਯੂਕੇ ਦੇ ਆ ਅੱਛਾ ਮੈਂ ਬੜੇ ਦਿਨਾਂ ਤੋਂ ਕਹਿਣਾ ਸੀ ਜਾਊਂਗਾ ਮੈਂ ਘਰ ਤੇ ਭਾਣੇ ਵੀ ਗਿਆ ਸੀ ਤੇਰੀ ਭਰਜਾਈ ਦੇ ਹੱਥ ਦੀ ਤੈਨੂੰ ਰੋਟੀ ਖਵਾਉਂਗਾ ਸਾਲਨ ਬੜਾ ਸੁੱਠਲ ਬਣਾਉਂਦੀ ਆ ਜਾਂ ਆਹੋ ਬਹੁਤ ਵਧੀਆ ਬਣਾਉਂਦੀ ਮੇਰੇ ਸੋਹਰੇ ਤਰੀਫ ਕਰਦਾ ਉਹ ਤੇ ਉੱਥੇ ਤਾਸ਼ ਖੇਡਦੇ ਹੁੰਨੇ ਨਾ ਤੇ ਉਹ ਬੜੀਆਂ ਤਰੀਫਾਂ ਕਰਦਾ ਤੇ ਹਾਏ ਹਾਏ ਕਿੱਥੇ ਜੂਆ ਲਾਉਂਦੇ ਆ ਡੇਰੇ ਤੈਨੂੰ ਨਹੀਂ ਪਤਾ ਨਾ ਮੈਨੂੰ ਤੇ ਕਦੀ ਨਹੀਂ ਦੱਸਿਆ ਉਹਨਾਂ ਨੇ ਨਹੀਂ ਫੇਰ ਨਹੀਂ ਲਾਉਂਦਾ ਫੇਰ ਨਹੀਂ ਲਾਉਂਦਾ ਐਵੇਂ ਫੇਰ ਚੁਗਲੀ ਹੋ ਜਾਊਗੀ ਉਹ ਵੈਸੇ ਕਦੀ ਕਿਤੇ ਖੇਲ ਖੂਲ ਲੈਂਦਾ ਵਾ ਤੂੰ ਉਦਣ ਜਿੱਦਣ ਉਹ ਘਰ ਲੈ ਕੇ ਗਿਆ ਮਠਿਆਈ ਮਠਿਆਈ ਆਹੋ ਤੇ ਉਦਣ ਕਿਹੜਾ ਤੁਹਾਡੀ ਕਮੇਟੀ ਨਿਕਲੀ ਸੀ ਜਿਹੜਾ ਮਠਿਆਈ ਲੈ ਗਿਆ ਵਾ ਤੇ ਫੇਰ 2000 ਰੁਪਇਆ ਜਿੱਤੇ ਆ ਸੀ ਉਦਣ ਮੇਰੇ ਚਾਚੇ ਕੋ ਹਏ ਹਏ ਜੂਏ ਚੋ ਨਹੀਂ ਗੱਲਾਂ ਤੋੜਿਆ ਸੀ ਉਹਨੇ ਡੇਰੇ ਤੇ ਜੂਏ 'ਚ ਜਿੱਤਣਾ ਵਾ ਜਦੋਂ ਉੱਥੇ ਹੁੰਦਾ ਹੀ ਜੂਆ ਪਿਆ ਸੀ ਵੀਰੇ ਇੱਕ ਗੱਲ ਦੱਸਾਂ ਦੱਸ ਦੇ ਮੈਂ ਨਹੀਂ ਤੈਨੂੰ ਦੱਸੀ ਮੈਂ ਤੇ ਗੱਲ ਹੀ ਨਹੀਂ ਕਰਦੀ ਵੀ ਚੁਗਲੀ ਹੋ ਜਾਂਦੀ ਆ ਨਾ ਫਿਰ ਰਹਿਣ ਦੇ ਨਹੀਂ ਫਿਰ ਵੀ ਦੱਸ ਦਿੰਦੀ ਆ ਨਾ ਵੀ ਤੇਰਾ ਭਾ ਤੇ ਪਿਛਲੇ ਹਫਤੇ ਨਾ ਮੇਰੇ ਤੇ ਕਾਂਟੇ ਸੋਹਣੇ ਦੇ ਲੈ ਕੇ ਗਿਆ ਸੀ ਕਿ ਕਹਿੰਦਾ ਤੂੰ ਕਹਿੰਦਾ ਸੀ ਨਵੀਂ ਮੱਝ ਲੈਣੀ ਆ ਉਹ ਜਿਹੜੇ ਝੁਮਕੇ ਜੇ ਆ ਆਹੋ ਤਿੰਨ ਮੋਤੀ ਵੀ ਲੱਗੇ ਥੱਲੇ ਚਿੱਟੇ ਚਿੱਟੇ ਹਾਂ ਮੇਰੀ ਮੰਮੀ ਨੇ ਯੂਕੇ ਤੋਂ ਬਣਾ ਕੇ ਭੇਜੇ ਸੀ ਉਹ ਵੀ ਜਾ ਕੇ ਦੇਖੀ ਉਹ ਮੁਸ਼ਤਾਕ ਦੀ ਨੋਹ ਦੇ ਪਾਏ ਹੋਣੇ ਹਾਏ ਹਾਏ ਉਹ ਕਿਉਂ ਫਸੀ ਯਾਰ ਨਾਲ ਇਹ ਨਹੀਂ ਫਸੀ ਫੁਸੀ ਨਹੀਂ ਉਹ ਮੁਸ਼ਤਾਕ ਦੇ ਮੁੰਡੇ ਨਾ ਉਦੋਂ ਲਾਏ ਸੀ ਉਹਨੇ ਹਰ ਗਿਆ ਜੂਆ ਇੱਕ ਲਾਨਤ ਆ ਆ ਹੁਣ ਮੈਂ ਕੀ ਕਰਾਂ ਪਰ ਨੂੰ ਥੋੜੀ ਕਿ ਭੈਣੇ ਮੈਨੂੰ ਇੱਥੇ ਬਹਿਣ ਦੇ
ਨਹੀਂ ਤੂੰ ਬੈਣ ਦੀ ਪਈ ਆ ਤੂੰ ਵੀ ਐਡਾ ਸ਼ਰੀਫ ਨਹੀਂ ਮੈਨੂੰ ਤਾਂ ਲੱਗਦਾ ਤੂੰ ਵੀ ਜੂਆ ਜੂਆ ਹੀ ਖੇਡਦਾ ਹੋਣਾ ਵਾ ਖੇਡੀ ਦਾ ਵਾ ਪਰ ਨਹੀਂ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਭੈਣੇ ਕਦੇ ਨਹੀਂ ਹਾਰਿਆ ਤੂੰ ਉਹ ਨਹੀਂ ਮੈਂ ਤੈਨੂੰ ਦੱਸਦਾ ਵਾਂ ਕਿਉਂਕਿ ਮੇਰੇ ਚਾਚੇ ਨੇ ਤਾਂ ਸਭ ਤੋਂ ਪਹਿਲੇ ਮੈਨੂੰ ਇਹ ਗੱਲ ਸਿਖਾਈ ਨਾ ਜੂਆ ਕਿਸੇ ਕਾ ਵੀ ਨਹੀਂ ਹੁਆ ਆਹੋ ਸਮਝ ਰਹੀ ਹਾਂ ਦੂਜੀ ਗੱਲ ਉਹਨੇ ਇਹ ਸਮਝਾਈ ਆ ਕਿ ਬੰਦਾ ਕਿਸੇ ਦੇ ਪੈਸਿਆਂ ਨਾਲ ਖੇਡੇ ਤਾਂ ਜਿੱਤਦਾ ਹੀ ਆ ਕਿਉਂਕਿ ਆਪਾਂ ਹਰ ਵੀ ਜਾਵੇ ਤਾਂ ਉਹ ਨਹੀਂ ਹਰਦਾ ਪੈਸੇ ਜੂ ਕਿਸੇ ਦੇ ਹਾਏ ਹਾਏ ਅਤੇ ਉਹਨੂੰ ਨਹੀਂ ਪਤਾ ਹੋਣਾ ਵਿਚਾਰੇ ਨੂੰ ਉਹ ਭਲਾ ਕੀ ਆ ਉਹ ਕਹਿੰਦਾ ਵਾ ਕਿ ਮੈਂ ਦਿਨ ਰਾਤੋਂ ਰਾਤ ਅਮੀਰ ਹੋਈ ਵਾਂ ਪਤਾ ਨਹੀਂ ਉਹਨੇ ਰੇਂਜ ਕੀ ਪਾਇਆ ਚੰਗੀ ਭਲੀ ਪੈਲੀ ਸੀ ਉਹਨਾਂ ਕੋਲ ਵੀ ਉਹ ਅੱਧੀ ਤਾਂ ਹਰ ਗਿਆ ਵਾ ਜੂਏ 'ਚ ਇੱਕ ਦਿਨ ਤਾਂ ਆਹ ਸਟੇਸ਼ਨ ਦੀ ਟ੍ਰੇਨ ਲਾਤੀ ਉਹਨੇ ਜੂਏ 'ਤੇ ਹਾਏ ਹਾਏ ਹਾਂ ਹਕੂਮਤ ਦੀ ਟ੍ਰੇਨ ਲਾ ਕੇ ਬੈਠਾ ਨਸ਼ੇ 'ਚ ਨਾ ਫੇਰ ਕੀ ਹੋਇਆ ਹਾਰਿਆ ਇਹ ਜਿੱਤਿਆ ਹੈਂ ਹਾਰਿਆ ਇਹ ਜਿੱਤਿਆ ਨਹੀਂ ਉਹ ਪੁਲਿਸ ਪੈ ਗਈ ਸੀ ਫਿਰ ਬਚ ਗਿਆ ਉਹ ਨਹੀਂ ਤਾਂ ਦੋ ਤਿੰਨ ਡੱਬੇ ਰਹਿ ਗਏ ਸੀ ਬਾਕੀ ਸਾਰੀ ਹਰ ਗਿਆ ਸੀ ਟ੍ਰੇਨ ਇਹ ਇੱਕ ਹੋਰ ਗੱਲ ਦੱਸਾਂ ਮੈਂ ਕਰਦੀ ਨਹੀਂ ਹੈ ਐਵੇਂ ਚੁਗਲੀ ਹੋ ਜਾਂਦੀ ਹੈ ਤੂੰ ਉਹ ਛੱਡ ਤੂੰ ਕਰਨ ਗਈ ਹੈ ਇੱਧਰ ਨੂੰ ਅੱਛਾ ਕਿਸੇ ਦਾ ਕੁੱਤਾ ਨਹੀਂ ਪੈ ਗਿਆ ਤੈਨੂੰ ਰਾਹ 'ਚ ਸ਼ੁਕਰ ਕਰ ਨਹੀਂ ਕੁੱਤਾ ਮੈਨੂੰ ਕੀ ਪੈਣਾ ਸੀ ਆ ਦੱਸ ਵੀਰੇ ਆ ਮੈਨੂੰ ਕੀ ਹਿਸਾਬ ਕਿਤਾਬ ਆ ਇਹਨਾਂ ਦਾ ਕਿਉਂ ਕੀ ਕਰਨਾ ਤੈਨੂੰ ਦੱਸਿਆ ਨਾ ਗੈਸ ਬੰਦ ਹੋ ਗਈ ਆ ਤੇ ਮੈਂ ਨਾ ਚੁੱਲ੍ਹਾ ਚੌਕਾ ਕਰਨਾ ਵਾ ਤੇ ਫਿਰ ਮੈਂ ਹੁਣ ਹਾਂਡੀ ਪਕਾਣੀ ਮੈਂ ਪਾਥੀਆਂ ਲੱਭ ਰਹੀ ਸੀ ਸ਼ੁਕਰ ਆ ਲੱਭ ਗਈਆਂ ਮੈਨੂੰ ਤੂੰ ਕੋਈ ਸਾਲਨ ਸੁਲਨ ਪਕਾ ਤੂੰ ਪਾਥੀਆਂ ਕਾਹਤੋਂ ਲੱਭਦੀ ਪਈਆਂ ਪਾਥੀਆਂ ਪਕਾਉਣੀ ਹਾਏ ਵੇ ਅੱਗ ਤੇ ਇਹਨਾਂ ਦੀ ਜਲਾਣੀ ਆ ਨਾ ਚੁੱਲ੍ਹੇ ਵਿੱਚ ਤੂੰ ਕੋਈ ਤੂੰ ਇੱਥੋਂ ਕੱਖ ਕੁੱਖ ਕੱਢੇ ਕਰਕੇ ਲੈ ਆ ਉਹ ਚਲਾਈ ਜਾ ਉਹ ਕੱਖ ਤੇ 2 ਮਿੰਟ 'ਚ ਕੱਖ ਹੋ ਜਾਂਦਾ ਵਾ ਉਹ ਨਹੀਂ ਅਸੀਂ ਨਹੀਂ ਤੈਨੂੰ ਪਾਥੀਆਂ ਦੇਣੀਆਂ ਪੈਣੇ ਆ ਮੇਰੇ ਨਾਨੇ ਦਾ ਹੁੱਕਾ ਧਰਨਾ ਹੁੰਦਾ ਵਾ ਉਹਦੇ ਲਈ ਜੋੜੀਆਂ ਵਾ ਸਾਰਾ ਸਾਲ ਉਹਨੇ ਚਲਾਉਣੀਆਂ ਵਾ ਪਾਥੀਆਂ ਉਸ ਤੋਂ ਇਲਾਵਾ ਤੈਨੂੰ ਵੀ ਪਤਾ ਰਾਤ ਨੂੰ ਮੱਛਰ ਕਿੰਨਾ ਹੁੰਦਾ ਵਾ ਇਹ ਹਵੇਲੀ ਲਾ ਕੇ ਅਸੀਂ ਸੋਨੇ ਰੋਜ਼ਾਨਾ ਦੀਆਂ 2-3 ਪਾਥੀਆਂ ਰਾਤ ਨੂੰ ਲਾਈਏ ਨਾ ਅਤੇ ਧੂੰਏ ਨਾਲ ਮੱਛਰ ਮਰ ਜਾਂਦਾ ਇਹ ਵੀ ਮੱਛਰ ਮਾਰ ਜਲੇਬੀ ਤਾਂ ਸੁਣੀ ਸੀ ਮੱਛਰ ਮਾਰ ਪਾਥੀ ਤਾਂ ਪਹਿਲੀ ਵਾਰੀ ਸੁਣ ਰਹੀ ਹਾਂ ਜਲੇਬੀ ਆਈ ਹੈ ਸ਼ਹਿਰੂ ਤੁਹਾਡੇ ਵਰਗਿਆਂ ਵਾਲੇ ਅਸੀਂ ਇੱਥੇ ਪਾਥੀਆਂ ਪੁਥੀਆਂ ਜਲਾ ਕੇ ਨਾ ਉਹਨੂੰ ਤਿਖਾ ਕੇ ਧੂੰਏ ਨਾਲ ਛੇਤੀ ਮਾਰਦਾ ਹੀ ਮੱਛਰ ਅੱਛਾ ਇਹ ਤਾਂ ਦੱਸ ਏਡੀਆਂ ਗੋਲ ਗੋਲ ਪਾਥੀਆਂ ਮੱਝ ਇੱਦਾਂ ਹੀ ਦਿੰਦੀ ਆ ਕੀ ਹੋ ਗਿਆ ਮੱਝ ਆ ਸਾਡੀ ਕਿਹੜਾ ਫੈਕਟਰੀ ਹੈ ਉਹ ਮੱਝ ਆ ਜਿਹਨੇ ਬਣਾ ਬਣਾ ਕੇ ਬਾਹਰ ਛੱਟੀ ਜਾਣੀ ਆਪ ਬਣਾਈ ਦੀਆਂ ਸਾਡੇ ਘਰ ਦੀਆਂ ਔਰਤਾਂ ਤੂੰ ਨਹੀਂ ਕਦੀ ਗੋਹਾ ਕੂੜਾ ਨਹੀਂ ਕਰਦੀ ਘਰ ਹਲੇ ਨਹੀਂ ਵੀਰੇ ਤੈਨੂੰ ਤਾਂ ਪਤਾ ਨਾ ਸ਼ਹਿਰ ਦੇ ਲੋਕਾਂ ਨੂੰ ਕਿੱਥੇ ਆਉਂਦਾ ਅਤੇ ਮੈਂ ਹੈ ਵੀ ਯੂਕੇ ਦੀ ਉੱਤੋਂ ਯੂਕੇ ਹੋ ਆਹੋ ਅੱਛਾ ਭੈਣੇ ਤੇਰਾ ਉਹ ਪਾਸਪੋਰਟ ਬਣਿਆ ਲਾਲ ਆਹੋ ਲਾਲ ਰੰਗ ਦਾ ਹੀ ਆ ਉੱਥੇ ਦੀ ਜੰਮੀ ਭਲੀ ਹਾਂ ਨਾ ਮੇਰੇ ਘਰ ਵਾਲੇ ਪੰਜਾਬੀ ਸੀ ਨਾ ਪਿੰਡ ਦੇ ਸੀ ਅੰਮੀ ਹੁਣੀ ਤੇ ਉਹਨਾਂ ਨੇ ਕਿਹਾ ਕਿ ਵਾਅਦਾ ਕੀਤਾ ਸੀ ਅਸੀਂ ਪਿੰਡ ਦੇ ਵਿੱਚ ਵਿਆਹ ਕਰਨਾ ਆਪਣੀ ਧੀ ਦਾ ਰਿਸ਼ਤੇਦਾਰਾਂ 'ਚ ਤਦ ਕਰਕੇ ਮੈਂ ਤੇ ਫਿਰ ਵਿਆਹ ਕਰਨਾ ਪਿਆ ਰਿਸ਼ਤੇਦਾਰ ਆਹੋ ਰਿਸ਼ਤੇਦਾਰ ਚੱਲ ਜਾ ਫਿਰ ਭੈਣੇ ਤੂੰ ਕੱਖ ਕੁੱਖ ਉੱਥੋਂ ਡੇਰੇ ਲੈ ਲਾ ਬਾਲਣ ਨੂੰ ਨਾ ਕੋਈ ਉਹ ਲੈ ਜਾ ਕੱਖ ਕੁੱਖ ਨਹੀਂ ਚਾਹੀਦਾ ਆ ਪਾਥੀਆਂ ਚਾਹੀਦੀਆਂ ਮੈਨੂੰ ਤੇ ਦੇ ਦੇ 2-4 ਕੀ ਤੇਰੇ ਘਾਟਾ ਪੈ ਜਾਣਾ ਵਾ ਨਹੀਂ 2-4 ਭੈਣੇ ਸਾਨੂੰ ਮੈਨੂੰ ਅੱਬੇ ਨੇ ਮਾਰ ਸੁੱਟਣਾ ਵਾ ਮਿਹਰਬਾਨੀ ਤੇਰੀ ਬੜੀ ਔਖੀ ਲਾ ਕੇ ਮੈਂ ਇਦਾਂ ਪਟੋਲਾ ਜਿਹਾ ਬਣਾਇਆ ਵਾ ਪਾਥੀਆਂ ਵੀ ਇੰਨੀ ਲੋਕ ਤੇ ਡੋਲਰ ਦੀ ਟੈਨਸ਼ਨ ਨਹੀਂ ਲੈਂਦੇ ਤੇ ਜਿੰਨੀ ਤੂੰ ਪਾਥੀਆਂ ਦੇ ਲੈ 2-4 ਦੀ ਕੀ ਗੱਲ ਆ 2-4 ਤੂੰ ਕੀ ਕਰਨੀ ਆ ਹਾਂਡੀ ਪੱਕ ਜਾਏਗੀ ਇਹ ਪਾਥੀਆਂ ਦੀ ਨਹੀਂ ਪਕਾਉਣੀ ਆਲੂ ਪਾਥੀ ਪਕਾਉਣੀ ਤੂੰ ਹਾਏ ਹਾਏ ਅੱਗ ਲਾਣੀ ਪਾਥੀਆਂ ਨੂੰ ਅੱਗ ਅੱਗ ਲਾਉਣੀ ਤੇ ਤੂੰ ਜਾ ਤੁਹਾਡੇ ਘਰ ਵੀ ਮੱਝਾਂ ਹੈਗੀਆਂ ਉਹਨਾਂ ਦਾ ਕਰ ਤੂੰ ਵੀਰੇ ਇਹ ਤੇ ਵੀ ਆਪਾਂ 2 ਕੱਖਾਂ ਬਣਾ ਦਈਏ ਨੱਕ ਬਣਾ ਦਈਏ ਤੇਰੇ ਵਰਗਾ ਲੱਗੇ ਭੈਣੇ ਜੇ ਆ ਪਾਥੀ ਦੇ ਵਾਲ ਲਾ ਦਈਏ ਤੇਰੇ ਵਰਗੀ ਲੱਗੇ ਹੁਣ ਠੀਕ ਆ ਅੱਛਾ ਮੈਨੂੰ ਦੱਸ ਨਾ ਕੀ ਦੱਸਾਂ ਤੈਨੂੰ 2-3 ਦੀ ਤੇ ਗੱਲ ਕਿਸੇ ਨੂੰ ਪਤਾ ਵੀ ਨਹੀਂ ਚੱਲਣਾ ਕਿਸੇ ਨੂੰ ਕਿਉਂ ਮਾਲਕ ਤੇਰੇ ਕੋਲ ਬਜ਼ਾਤੇ ਖੁਦ ਆਪ ਖੜਾ ਵਾ ਤੇ ਉਹ ਕਿਸੇ ਨੂੰ ਕੀ ਨਹੀਂ ਪਤਾ ਚੱਲਣਾ ਤੂੰ ਇਹ ਦੱਸ ਇਹਦਾ ਵਜ਼ਨ ਕਿੱਡਾ ਹੋਣਾ ਵਜ਼ਨ ਨੂੰ ਕੀ ਕਰਨਾ ਤੂੰ ਦਵਾਣਾ ਲੈਣਾ ਹੀ ਵਜ਼ਨ ਕਿੰਨਾ ਹੋਣਾ ਪਾਥੀ ਹੈ ਇਹਦਾ ਵਜ਼ਨ ਕਿਹੜਾ ਕੋਈ ਹੁੰਦਾ ਵਾ ਹਾਏ ਮੈਂ ਕਿ ਤੂੰ ਮੈਨੂੰ ਤੋਲ ਕੇ ਦੇ ਦੇ ਮੈਂ ਕਿਹੜਾ ਕਿ ਮਿੱਠਾ ਵਾ ਜਾਂ ਫਿੱਕਾ ਵਾ ਤੋਲ ਕੇ ਮੈਂ ਬਰਫ਼ ਤੇ ਲਾਈਆਂ ਪਾਥੀਆਂ ਤੈਨੂੰ ਤੋਲ ਕੇ ਦੇ ਦੇਵਾਂ ਕੀ ਆ ਗਡੇਰੀਆਂ ਕਿ ਪਾਥੀਆਂ ਆਹੋ ਤੈਨੂੰ ਨੁਕਸਾਨ ਵੀ ਨਾ ਹੋਵੇ ਤੂੰ ਮੇਰੇ ਕੋਲ ਪੈਸੇ ਲੈ ਲਾ ਬਾਜੀ ਪੈਸੇ ਮੈਂ ਤਾਂ ਸਿਰ 'ਚ ਖੇ ਹੀ ਪਾਉਣੀ ਆ ਦੇਖੋ ਪੈਸੇ ਲੈ ਕੇ ਬਸ ਜਦੋਂ ਮੈਂ ਦੇਣੀਆਂ ਹੀ ਨਹੀਂ ਤੈਨੂੰ ਤੂੰ ਟੈਨਸ਼ਨ ਨਾ ਲੈ ਖੇ ਦੀ ਬਜਾਏ ਮੈਂ ਪਾਥੀ ਭੂਰ ਕੇ ਪਾ ਦਾਂਗੀ ਤੂੰ ਬਸ ਇੱਕ ਵਾਰੀ ਕਹਿ ਸਹੀ ਕਿ ਲੈ ਜਾ ਬਾਜੀ 300 ਰੁਪਏ ਦੀ ਇੱਕ ਪਾਥੀ ਆ ਨਹੀਂ ਦੇਸੀ ਘਿਓ ਦੀ ਐਡੀ ਮਹਿੰਗੀ ਆ ਨਹੀਂ ਮੈਂ ਤੈਨੂੰ ਕਿਹੜਾ ਇਹਦਾ ਦੱਸਦਾ ਵਾ ਕਿ ਤੂੰ ਨਿਹਾਰ ਉੱਠ ਕੇ ਖਾਊਂਗੀ ਤੇਰਾ ਮੈਦਾ ਨਹੀਂ ਖਰਾਬ ਹੋਊਗਾ ਦੇਸੀ ਘਿਓ ਦੱਸ ਦੇ ਪਈ ਤੂੰ ਮੈਨੂੰ ਨਾਲ ਕੀਮਤ ਤੇ ਇੰਝ ਲਾਈ ਆ ਹੋਰ ਮੈਂ ਤੇ ਕਿਹਦੀ ਕੀਮਤੀ ਸ਼ੈ ਮੰਗਣ ਆ ਗਈ ਆ ਹਾਂ 300 ਦੀ ਦੇਣੀ ਆ ਨਹੀਂ ਕੀ ਇਹਦੇ ਵਿੱਚ ਤੂੰ ਕੀ ਵਿਚਾਰੋ ਮਗਜ਼ ਪਾਏ ਆ ਚਾਰੋ ਮਗਜ਼ ਕੀ ਆ ਮੈਂ ਕਿਹੜਾ ਰਗੜਾ ਲਾ ਕੇ ਬਣਾਈ ਆ ਪਾਥੀ ਇੰਨਾ ਮਹਿੰਗਾ ਤੇ ਉਹ ਗੁੜ ਨਹੀਂ ਬਣਦਾ ਜਿਹੜੇ ਵਿੱਚ ਸਾਰੇ ਮੇਵੇ ਪੈਂਦੇ ਆ
ਇਹਦੇ 'ਚ ਵੀ ਸਾਰੇ ਮੇਵੇ ਆ, ਤੂੜੀ ਵੀ ਆ, ਇਹਦੇ 'ਚ ਫੱਕ ਵੀ ਆ, ਹਰ ਸਾਰਾ ਮੇਵਾ ਮਿਕਸ ਕਰਕੇ ਕੱਢਦੀ ਆ ਉਹ ਵੀ, ਜਾਂ ਇਹਦੇ 'ਚ ਲੂਸਣ ਵੀ ਆ, ਇਹਦੇ 'ਚ ਉਹ ਕੁਤਰਾ ਵੀ। ਨਾ ਤੁਹਾਡੀ ਮੱਝ ਕੀ ਖਾਂਦੀ ਜਿਹਨੇ ਇੰਨਾ ਕੁਛ ਇੱਕੋ ਹੀ ਆਈਟਮ 'ਚ ਕੱਢਤਾ? ਸਾਡੀ ਮੱਝ ਦਾ ਨਹੀਂ ਤੈਨੂੰ ਪਤਾ ਆ, ਜਾ ਕੇ ਸਾਡੇ ਪੂਰੇ ਪਿੰਡ 'ਚ ਪੁੱਛ ਲਈ ਸਭ ਤੋਂ ਅੱਛੀਆਂ ਮੱਝਾਂ ਕਿੰਨਾ ਦੀਆਂ। ਸਾਡਾ ਬੋਲਦ ਹਰ ਵਾਰੀ ਰੇਸ ਜਿੱਤਦਾ ਵਾ। ਤੁਸੀਂ ਬੜਾ ਡਰਾਈ ਫਰੂਟ ਖਵਾਉਂਦੇ ਆ। ਡਰਾਈ ਫਰੂਟ ਦੀ ਗੱਲ ਗੁੱਲ ਨਹੀਂ ਹੈ, 300 ਰੁਪਏ ਤੋਂ 1 ਰੁਪਿਆ ਘੱਟ ਨਹੀਂ ਹੋਣਾ, ਜੇ ਲੈਣੀ ਹੋਈ ਤਾਂ ਲੈ ਜਾ, ਨਹੀਂ ਤਾਂ ਚੱਲ ਮੈਂ ਪੈਕੇ ਹੀ ਲਾਉਣਾ ਵਾ, ਉਹ ਵੀ ਮੈਂ ਤੈਨੂੰ ਤਦ ਵੇਚਣ ਲੱਗੇ, ਇਹ ਤਾਂ ਪਾਥੀ ਕਿਹੜਾ ਵੇਚਣ ਵਾਲੀ ਸ਼ਾਇ ਵਾ। ਨਾ ਵੀਰੇ ਦੇਖ ਨਾ, 3 ਪਾਥੀਆਂ ਲਈਆਂ 900 ਸਿੱਧਾ ਹੋ ਜਾਣਾ। ਤੇ ਤੈਨੂੰ ਤਾਂ ਕਹਿੰਦਾ ਪਿਆ ਏਡੀ ਮਹਿੰਗੀ ਹਾਂਡੀ, ਇਹਨਾਂ ਤਾਂ ਮੈਂ ਆਰਡਰ ਕਰਾ ਕੇ ਮੰਗਾ ਲਾ ਤੇ ਮਹਿੰਗਾ ਨਹੀਂ ਪੈਣਾ ਮੈਨੂੰ ਇੱਥੇ। ਇੱਥੇ ਆਰਡਰ ਆਉਣਾ ਵੀ ਨਹੀਂ ਹੈ, ਇੱਥੇ ਗਾਰਡਰ ਮਸੀਂ ਆਉਂਦੇ ਆ, ਬਾਲੇ ਸ਼ਤੀਰੀਆਂ ਦੀ ਛੱਤ ਆ, ਤੂੰ ਆਰਡਰ ਲਈ ਇੱਥੇ ਗਾਰਡਰ ਨਹੀਂ ਹੈ। ਇਹੀ ਤੇ ਰੋਲਾ ਵਾ, ਇਹੀ ਤੇ ਟੈਨਸ਼ਨ ਆ, ਸਮਝ ਜਾ ਫਿਰ, ਦਿਮਾਗ ਨਾ ਖਾ ਮੇਰਾ, ਜਾ ਪਾਥੀਆਂ ਵੀ ਤੰਗ ਹੁੰਦੀਆਂ ਪਈਆਂ ਤੇ ਨਾ, ਪਾਥੀਆਂ ਤੰਗ ਹੋ ਰਹੀਆਂ, ਮੈਂ ਚੁੰਡੀਆਂ ਵੱਡੀਆਂ ਇਹਨਾਂ ਨੂੰ। ਚੁੰਨੀਆਂ ਵੱਢਣ ਨੂੰ ਉਹ ਕਿਹੜਾ, ਤੇਰੀ ਭਤੀਜੀ ਆ ਪਾਥੀ ਆ। ਮੈਂ ਇੰਜ ਕਹਿਣ ਦਿਆ, ਮੈਂ ਗੁਦਗੁਦੀ ਕਰਦੀ ਤੀ, ਪਾਥੀਆਂ ਤੰਗ ਹੋ ਰਹੀਆਂ ਵਾ। ਗੁਦਗੁਦ ਗੁਦਗੁਦੀ ਕੀ ਹੁੰਦੀ ਆ? ਉਹ ਗੁਦਗੁਦੀ ਇੰਜ ਕੱਢੀ ਦੀ ਆ ਸਾਡੇ ਸ਼ਹਿਰ 'ਚ, ਪਤਾੜੀਆਂ ਕਹੀਦੀਆਂ ਉਹਨਾਂ ਨੂੰ। ਸਾਡੇ ਸ਼ਹਿਰ 'ਚ ਗੁਦਗੁਦੀ ਹੁੰਦੀ ਆ। ਤੁਹਾਡਾ ਕਿਹੜਾ ਸ਼ਹਿਰ ਅੱਲਾਕਾਰ? ਯੂਕੇ ਆ, ਯੂਕੇ। ਇਹ ਮੁਲਾਕਾ, ਤੈਨੂੰ ਇਹ ਨਹੀਂ ਪਤਾ ਸ਼ਹਿਰ ਤੇ ਮੁਲਕ 'ਚ ਕੀ ਬਣਦਾ, ਤੂੰ ਨਵਾਂ ਗਈ ਆ। ਉਹੀ ਹੈ ਤੇ ਯੂਕੇ ਹੀ ਆਣਾ। ਅੱਗੇ ਵੀ ਬੜੇ ਨੇ ਇੱਦਾਂ ਨਾ, ਪਾਥੀਆਂ ਜੋੜੀਆਂ ਆਪਣੇ ਆਪਣੇ ਡੇਰੇ ਤੇ, ਉੱਥੋਂ ਜਾ ਕੇ ਮੰਗਾ ਕਰ ਲਾ, ਮੈਂ ਕੋਈ ਨਹੀਂ ਦੇਣੀ ਵੀ। ਆ ਪਾਥੀਆਂ ਵੈਸੇ ਜੋੜੀਆਂ ਕਿਹਦੇ ਨਾਲ ਆ? ਐਡੀਆਂ ਨਾਲ ਨਾਲ ਕਰਕੇ ਜੁੜੀਆਂ, ਸਮਾਧ ਨਾਲ ਜੋੜੀਆਂ ਵਾ। ਪਾਥੀਆਂ ਕਿਹਦੇ ਨਾਲ ਜੋੜਨੀਆਂ ਵਾ? ਉੱਤੇ ਥੱਲੇ ਰੱਖੀ ਗਏ ਨਹੀਂ, ਆ ਜੁੜੀਆਂ ਨਾ, ਆ ਦੇਖ ਡਿੱਗਦੀਆਂ ਵੀ ਨਹੀਂ, ਜੇ ਇੰਨੀ ਤੇਜ਼ ਹਵਾ ਚੱਲਦੀ ਪਈ ਆ। ਇਹ ਕਾਗਜ਼ ਦੀਆਂ ਪਾਥੀਆਂ ਡਿੱਗਣ, ਕੀ ਹੋ ਗਿਆ ਤੈਨੂੰ? ਇੱਟ ਡਿੱਗਦੀ ਦੇਖੀ ਕਦੀ ਹਵਾ ਨਾ? ਤੂੰ ਨੇਰੀ ਚੱਲੇ, ਦਰਖਤ ਵੀ ਡਿੱਗ ਜਾਂਦੇ ਫਿਰ ਪਾਥੀਆਂ ਵਾ। ਇਹ ਉਹ ਦਰਖਤ ਹੋਰ ਹੁੰਦੇ ਆ, ਉਹ ਤਾਂ ਸਿੱਧੇ ਹੁੰਦੇ ਆ, ਐਂ ਲੰਬੇ ਕਰਕੇ, ਉਹ ਤਾਂ ਤਦ ਡਿੱਗ ਜਾਂਦੇ, ਉੱਤੋਂ ਹਵਾ ਤੇਜ਼ ਲੱਗਦੀ। ਇਹਨੂੰ ਕਿੰਨੇ ਸੁੱਟਣਾ? ਇਹ ਬੰਬ ਨਾਲ ਡਿੱਗਣੀ ਆ, ਇਹ ਜੱਟ ਨੇ ਆਪਣੇ ਹੱਥਾਂ ਨਾਲ ਲਾਈ ਆ ਢੇਰੀ। ਹਾਂਜੀ ਭੈਣੇ, ਮੈਂ ਨਹੀਂ ਦੇਣੀ ਆ ਤੈਨੂੰ, 300 ਰੁਪਏ ਦੀ ਪਾਥੀ ਲੈਣੀ ਆ ਤੇ ਲੈ ਲਈ, ਨਹੀਂ ਤੇ ਜਾ ਤੂੰ, ਜਾ ਕੇ ਅੱਜ ਭੁੱਖਾ ਹੀ ਸਵਾਈ ਆ। ਦੇਖ ਮੈਂ ਬੜੇ ਪਿਆਰ ਨਾਲ ਤੇਰੀ ਪਾਥੀਆਂ ਸਾੜਾਂਗੀ, ਪਲੀਜ਼ ਦੇ ਦੇ। ਪਿਆਰ ਨਾਲ ਕੀ ਕਰਕੇ ਸਾੜੂੰਗੀ ਤੂੰ? ਪਿਆਰ ਨਾਲ ਕੀ ਮਤਲਬ? ਆਰਾਮ ਆਰਾਮ ਨਾਲ ਸਾੜਾਂਗੀ। ਨਹੀਂ ਤੁਹਾਨੂੰ ਸਪੀਡ ਨਾਲ ਸਾੜ ਦੇ ਤੂੰ, 300 ਦੇ ਮੈਨੂੰ ਜੇ ਦੇਣਾ। ਚੱਲ ਰੇਟ ਥੋੜ੍ਹਾ ਘਟਾ ਵੀ ਲੈ। ਰੇਟ ਦੁਪੱਟੇ ਲੈਣ ਆਈ ਮੈਂ, ਕੋਈ ਸੂਟ ਲੈਣ ਆਈ ਆ ਤੂੰ ਭੈਣੇ? ਤੈਨੂੰ ਮੈਂ ਰੇਟ ਬਾਜ਼ੀ ਕਰਾਂ? 300 ਰੁਪਏ ਦੀ ਪਾਥੀ ਆ ਲੈਣੀ ਆ ਤੇ ਲੈ, ਨਹੀਂ ਤਾਂ ਜਾ ਕਸਮਾਂ ਨੂੰ ਖਾ। ਵੀ ਇਹ ਕਿਹੜਾ ਬਾਟਾ ਦੀਆਂ ਪਾਥੀਆਂ ਵਾ? ਕੀ ਮੈਂ ਤੈਨੂੰ ਕੀ ਕਿਹਾ ਪੈਰ 'ਚ ਪੂਰੀ ਪਾਓ? ਦੁਬਾਰਾ ਮੈਂ ਤੈਨੂੰ ਕੀ ਕਿਹਾ ਪੈਰ 'ਚ ਪਾ ਕੇ ਚੈੱਕ ਕਰ ਲਓ ਬਾਟਾ ਦੀਆਂ? ਰੇਟ ਤੇ ਤੂੰ ਫਿਕਸ ਕੀਤਾ ਬਾਟਾ? ਰੇਟ ਫਿਕਸ ਹੀ ਆ, ਬਹਿਸ ਬੂਸ ਕੋਈ ਨਹੀਂ ਕਰਨੀ। ਮੈਂ ਤੇ ਵੇਚਦਾ ਨਹੀਂ ਪਿਆ ਤੇ ਤੂੰ ਅੱਗੋਂ ਆ ਕੇ ਮੈਨੂੰ ਕਹਿੰਦੀ ਵੀ ਰੇਟ ਨਹੀਂ ਘੱਟ ਕਰਦਾ ਤੇ। ਦੇਖ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ। ਬਸ ਫਿਰ ਜਾ ਕੇ ਉਹਦੇ ਕੋਲ ਗਾਲਾਂ ਖਾ, ਜਿਹਦਾ ਰੋਟੀ ਪਾਣੀ ਕਰਨਾ ਵਾ। ਚੱਲ ਤੂੰ ਇੰਨਾ ਕਹਿੰਦਾ ਕੁਛ ਕਰ ਲੈਂਦੇ ਆ ਰੇਟ ਦਾ ਵੀ, ਚੱਲ ਤੂੰ ਮੈਨੂੰ ਚੈੱਕ ਤੇ ਕਰਾ ਪਾਥੀ। ਚੈੱਕ ਕਿੱਦਾਂ ਕਰਾਵਾਂ? ਚਮਚੀ ਨਾ ਮਿੱਠਾ ਚੈੱਕ ਕਰਨਾ ਪਾਥੀ ਦਾ ਤੂੰ? ਵੀ ਮੈਂ ਉਂਝ ਹੀ ਕਹਿ ਰਹੀ ਪਾਥੀ ਚੈੱਕ ਕਰਾ। ਪਾਥੀ ਦੀ ਕਿੱਦਾਂ ਚੈੱਕ ਕਰਾ ਦੇਵਾਂ? ਬੁਖਾਰ ਚੈੱਕ ਕਰਾਉਣਾ ਉਹਦਾ, ਬਲੱਡ ਪ੍ਰੈਸ਼ਰ ਚੈੱਕ ਕਰਨਾ ਤੂੰ ਪਾਥੀ ਦਾ? ਚੈੱਕ ਕਰਾ ਜਾਂ ਡਾਕਟਰ ਲਿਆ ਕਰਾ ਦਿੰਦੇ ਹਾਂ ਚੈੱਕ। ਵੀ ਪਾਥੀ ਆ ਮਰੀਜ਼ ਨਹੀਂ ਆ। ਤਾਂ ਫਿਰ ਉਹ ਕਾਹਤੋਂ ਚੈੱਕ ਕਰਾਵਾਂ ਉਹਨੂੰ? ਇਹ ਤਾਂ ਤੂੰ ਸਮਝ, ਪਹਿਲਾਂ ਕਰ ਲੈ ਚੈੱਕ ਜ਼ਬਾਨ ਕੱਟ। ਵੀ ਚੂੜਿਆ ਜਿਹਾ ਮੈਂ ਇਹ ਕਹਿਣ ਦਈ ਆ ਕਿ ਪਾਥੀ ਦੇਖ ਕੇ ਹੀ ਪਤਾ ਚੱਲਦਾ ਵਾ ਸਹੀ ਸੜ ਜਾਏਗੀ। ਉਹ ਨਵੀਂ ਤੂੰ ਗੱਲਬਾਤ ਕਰਦੀ ਪਈ ਆ, ਚਲੋ ਕਰਾ ਦਿੰਦੇ ਤੇ। ਵੀ ਆਣੀ ਆਣੀ ਸਭ ਤੋਂ ਉਤਲੀ ਪਾਥੀ ਚੈੱਕ ਕਰਾਣੀ। ਕਿਉਂ ਜੀ, ਤੈਨੂੰ ਡਾਕਟਰ ਨੇ ਦੱਸੀ ਸਭ ਤੋਂ ਉਤਲੀ ਪਾਥੀ? ਓਏ ਨਹੀਂ ਪਾਗਲ ਆ, ਮੀਨਾ ਨੇ ਕਿਹਾ ਕਿ ਸਭ ਤੋਂ ਉਤਲੀ ਪਾਥੀ ਨਾ ਅਗਰ ਬਾਲੂੰਗੀ ਤੇ ਰੋਟੀ ਛੇਤੀ ਪੱਕੂ। ਵੇ ਅੜਿਆ ਇਹਦੀ ਸ਼ੇਪ ਖਰਾਬ ਹੋਈ ਨਹੀਂ, ਦੱਬ ਪੈ ਕੇ ਉਹ ਗੋਲ ਗੋਲ ਸ਼ੇਪ ਕੀ ਖਰਾਬ ਹੋਈ? ਉਹਦੇ ਤੇ ਸ਼ੇਪ ਆਈ ਨਹੀਂ, ਸ਼ੇਪ ਤੇ ਮੇਰੇ ਆਈ। ਵੇ ਸ਼ੇਪ ਆ ਜਿਹੜੀ ਗੋਲ ਜਿਹੀ ਬਣੀ ਆ, ਆਹਾ ਸ਼ਕਲ ਦੀ ਗੱਲ ਕਰਨੀ ਪਈ ਆ। ਆਹੋ ਸ਼ਕਲ ਉਹਦੀ ਵਿਗੜੀ। ਉਤੋਂ ਮੈਂ ਤੈਨੂੰ ਸੱਚ ਕਾਤੋਂ ਚੈੱਕ ਕਰਾਵਾਂ? ਉਤਲੀ ਦੱਬ ਚ ਨਹੀਂ ਆਈ ਹੋਣੀ ਨਾ। ਰੇਟ ਰੇਟ ਤੇਰਾ ਵਾ। ਅੱਛਾ ਉਤਲੀ ਮੈਂ ਤੈਨੂੰ ਕਾਤੋਂ ਚੈੱਕ ਕਰਾਵਾਂ? ਜੇ ਰੇਟ ਤੇਰੀ ਮਰਜ਼ੀ ਦਾ ਨਾ ਤੇ ਪਾਥੀ ਮੇਰੀ ਮਰਜ਼ੀ ਦੀ ਹੋਣੀ ਚਾਹੀਦੀ ਆ। ਲੈ ਸੋਹਣਾ ਉਤੋਂ ਦੀ ਪੈ ਗਈ ਆ ਤੂੰ। ਚੱਲ ਚੱਲ ਉਤਲੀ ਪਾਥੀ ਚੈੱਕ ਕਰਾ ਮੈਨੂੰ। ਉਤਲੀ ਹੁਣ ਪੋੜੀ ਲੈ ਕੇ ਆਵਾਂ ਤੇਰੀ? 300 ਰੁਪਏ ਦੀ ਪਾਥੀ ਲੈ ਮੈਂ। ਕੀ ਮੈਂ ਤੈਨੂੰ ਕਿਹਾ ਦਰਖਤ ਤੋਂ ਪਾਥੀ ਲਾ ਦੇ? ਉਹ ਨਹੀਂ ਲਾ ਹੁਣੀ ਆ, ਦੇਖ ਲਾ। ਕੋਸ਼ਿਸ਼ ਕਰ 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 ਮੂੰਹ ਤੇ ਆ ਸਿੱਟ ਦੇ। ਦੇਖ ਮੇਰੇ ਸਿਰ ਤੇ ਜਮਾ ਹੀ ਨਹੀਂ ਸਿੱਟਣੀ ਹੈ ਪਾਥੀ ਕੋਈ। ਐਲਾ ਕਰ ਲਾ ਚੈੱਕ। ਵੇ ਪਾਥੀ ਤੇ ਸਹੀ ਆ। ਐਲਾ ਫੇ
ਖੜ ਜਾ ਮੈਂ ਦੇਖਣ ਤੇ ਆਵਾਜ਼ ਵੀ ਆਂਦੀ ਆ ਕਿ ਨਹੀਂ ਆਵਾਜ਼ ਨੂੰ ਕੀ ਸਪੀਕਰ ਆ ਕੇ ਪਾਥੀ ਆ ਵੇ ਚੈੱਕ ਵੀ ਤੇ ਕਰਨਾ ਚਾਹੀਦਾ ਨਾ ਥਰਮਾਮੀਟਰ ਲਾ ਕੇ ਚੈੱਕ ਕਰ ਲਾ ਵੇ ਇਹ ਕਿਹੜਾ ਬਿਮਾਰ ਆ ਤੇ ਫੇਰ ਤੂੰ ਕਾਹਦਾ ਚੈੱਕ ਕਰੀ ਜਾਂ ਨਹੀਂ ਆ ਪਾਥੀ ਪਾਥੀ ਹੁੰਦੀ ਆ ਗੋਹੇ ਦੀ ਹੁੰਦੀ ਆ ਸਕੂਲਾਂ ਦੇ ਵਿੱਚ ਨਹੀਂ ਲਟਕਾਈ ਹੁੰਦੀ ਛੁੱਟੀ ਟਾਈਮ ਇੰਜ 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 ਆਵਾਜ਼ ਕੱਢ ਦੇ ਰਹੀ ਆਂਦੀ ਕਿ ਨਹੀਂ ਇਹੋ ਸਲੇਟ ਜਿਹੀ ਹੁੰਦੀ ਲੋਏ ਦੀ ਆ ਫੜ ਇੱਕ ਦੋ ਹੋਰ ਲਾ ਦਿੰਨਾ ਤੈਨੂੰ ਲੈਣੀਆਂ ਤਿੰਨ ਹੀ ਆ ਨਾ ਤੂੰ ਆਹੋ ਤਿੰਨ ਹੀ ਲੈਣੀਆਂ ਵਾ ਹਲ ਫੇ ਤੂੰ ਕੋਈ ਹੋਰ ਦਿਖਾ ਕੋਈ ਰੂੜੀ ਜਿਹੀ ਦਿਖਾ ਰੂੜੀ ਪਾਥੀ ਆਹੋ ਦੇਖ ਪੈਸੇ ਤੇਰੀ ਮਰਜ਼ੀ ਦੇ ਤੇ ਪਾਥੀ ਮੇਰੀ ਮਰਜ਼ੀ ਦੀ ਭੈਣੇ ਰੂੜੀ ਤੇ ਕੋਈ ਹੋਰ ਸ਼ੈ ਹੁੰਦੀ ਆ ਤੂੰ ਇਹਨੂੰ ਕੀ ਸਮਝਦੀ ਪਈ ਆ ਪਾਥੀ ਨੂੰ ਚੱਲ ਚੱਲ ਤੂੰ ਪਾਥੀ ਦਿਖਾ ਚੰਗੀ ਜਿਹੀ ਬਾਕਰ ਖਾਨੀ ਹੁੰਦੀ ਆ ਰੂੜੀ ਜਿਹੀ ਚੱਲ ਕੋਈ ਨਹੀਂ ਤੂੰ ਇਹਦੇ ਵਿੱਚੋਂ ਵੀ ਲੱਭ ਲੈ ਲੱਭ ਜਾਏਗੀ ਹਿੱਲ ਤੇ ਨਹੀਂ ਗਈ ਭੈਣੇ ਤੂੰ ਨਹੀਂ ਹਲੇ ਨਹੀਂ ਹਿੱਲੀ ਤੂੰ ਮੇਰਾ ਆਹ ਆਹ ਪਾਥੀ ਸੋਹਣੀ ਲੱਗਦੀ ਮੇਰੇ ਨੈਣ ਨਕਸ਼ ਸੋਹਣੇ ਇਹ ਕੱਢ ਤੂੰ ਇਹ ਵਿਆਹਣੀ ਆ ਤੂੰ ਕਿਤੇ ਨੈਣ ਨਕਸ਼ ਸੋਹਣੇ ਆ ਮੈਂ ਕਿਹੜਾ ਕਿਹਾ ਰਿਸ਼ਤਾ ਲੱਭ ਲੈ ਫਿਰ ਇਹਦੇ ਲਈ ਜੇ ਸੋਹਣੀ ਆ ਤੇ ਇਹ ਬੜੀ ਈਸ਼ਵਰੀਆ ਰਾਏ ਆ ਜਿਹੜਾ ਰਿਸ਼ਤਾ ਲੱਭ ਲਾ ਮੈਂ ਤੇ ਸੋਹਣੀ ਤਾਂ ਕਿੱਥੇ ਆ ਫਿਲਮਾਂ 'ਚ ਕੰਮ ਕਰਦੀ ਪਈ ਆ ਪਾਥੀ ਸੋਹਣੀ ਆ ਵੀ ਉਹੀ ਸੋਹਣੀ ਆ ਉਹੀ ਲਾ ਮੈਂ ਪਾਥੀ ਵੇਚਣੀ ਨਹੀਂ ਇੱਥੋਂ ਤਿੰਨ ਮੈਂ ਤੈਨੂੰ ਆਪੇ ਹੀ ਅੱਖਾਂ ਬੰਦ ਕਰਕੇ ਲਾ ਦੇਣੀਆਂ ਮੈਂ ਉਹ ਲੈ ਕੇ ਜਾਣੀ ਤੇ ਲੈ ਆ ਤੂੰ 1000 ਰੁਪਇਆ ਦਿਖਾ ਮੈਨੂੰ ਪਹਿਲੇ ਉਹ ਦੇ ਦਾਂਗੀ ਤੈਨੂੰ ਵੀ ਇੰਨੀ ਬੇਤਬਾਰੀ ਸਾਡੇ ਘਰ ਦਾ ਵੀ ਤੇ ਤੈਨੂੰ ਪਤਾ ਵਾ ਤਾਈਓ ਤੇ ਤੈਨੂੰ ਮੈਂ ਕਹਿਣਾ ਪਿਆ ਮੈਂ ਪਹਿਲੇ 1000 ਰੁਪਇਆ ਦੇ ਤੇਰੇ ਸਾਰੇ ਘਰ ਦਾ ਮੈਨੂੰ ਪਤਾ ਵਾ ਸਾਰੇ ਤੁਸੀਂ ਮੁਕਤ ਮਾਰੇ ਆ ਤੇ ਘਰ ਆ ਕੇ ਲੈ ਜਾਈ ਹੁਣ ਦੇਖ ਮੇਰਾ ਬੈਗ ਘਰ ਪਿਆ ਅੱਲਾ ਚੁੱਕ ਫੇ ਲੈ ਜਾ ਇਹਨੂੰ ਵੀ ਲੈ ਕੇ ਕਹਿੰਦੇ ਆਵਾ ਹੁਣ ਟਰਾਲੀ ਮਗਾ ਦਵਾਂ ਤੈਨੂੰ ਪਾਥੀਆਂ ਲੈ ਜਾਣ ਹੈ ਟਰਾਲੀ ਤੇ ਵੱਡੀ ਹੋ ਜਾਏਗੀ ਕੋਈ ਛੋਟੀ ਸ਼ੈ ਸਿਰ ਤੇ ਰੱਖ ਤੇ ਜਾ ਮੇਰੀ ਭੈਣ ਚੱਲ ਜਾ ਚੱਲ ਮਦਦ ਤੇ ਕਰਾ ਦੇ ਵੀਰੇ ਚਕਾ ਤੇ ਦੇ ਮਦਦ ਕੀ ਨਿਆਣੇ ਆ ਥੱਲੇ ਤੈਨੂੰ ਮੈਂ ਚਕਾਵਾਂ ਕੀ ਤੂੜੀ ਦੀ ਪੰਡ ਨਾ ਮੈਂ ਇੰਜ ਮੈਨੂੰ ਚਕਾ ਦੇਣਾ ਇੰਨਾ ਤੇ ਕਰ ਦੇ ਵੀਰੇ ਜਾ ਅੱਲਾ ਸਲਾਮ ਕਹੀਂ ਭਾਣ ਨੂੰ ਮੇਰਾ ਆ 15 ਮਿੰਟ ਤੇ ਘਰ ਆ ਇੰਜ ਹੀ ਆਈ ਆ ਅੱਛਾ ਤੂੰ ਤੇ ਗੁੱਸਾ ਹੀ ਕਰ ਜਾਂਦਾ ਅੜਿਆ ਚੱਲ ਜਾ ਚੱਲ ਠੀਕ ਆ ਘਰ ਆ ਕੇ ਲੈ ਆਈ ਫਿਰ ਪੈਸੇ ਮੈਂ ਆ ਰਿਹਾ 2 ਘੰਟੇ ਤੱਕ ਮੈਂ ਆ ਜਾਣਾ ਮਾਪੇ ਨੇ ਜਦੋਂ ਆਹੋ ਇਹਨਾ ਵਧੀਆ ਬਣ ਜਾਏਗੀ ਨਾ ਰੋਟੀ ਹਾਂਡੀ ਰੋਟੀ ਤੈਨੂੰ ਰੋਟੀ ਬਣਾ ਕੇ ਵੀ ਨਾ ਦੇ ਜਾ ਮੈਂ ਸੁੱਕ ਕਰ ਤੈਨੂੰ ਮੈਂ ਪਾਥੀਆਂ ਦੇ ਦਿੱਤੀਆਂ ਚੱਲ ਜਾ ਚੱਲ ਠੀਕ ਆ ਚੱਲੀ ਆ ਆ ਜਾਈ ਲੈ ਲਈ ਪੈਸੇ ਮੇਰੇ ਕੋਲੋਂ ਆ ਜਾਂਦੀਆਂ ਪਤਾ ਨਹੀਂ ਕਿੱਥੋਂ ਹਿੱਲੀਆਂ ਆਏ ਰੱਬਾ ਫਟਾਫਟ ਮੈਂ ਹਾਂਡੀ ਤੇ ਪਕਾਵਾਂ